ਗੁੱਡ ਮਾਰਨਿੰਗ ਐਵਰੀਬਡੀ, ਕਿਵੇਂ ਤੁਸੀਂ ਸਾਰੇ ਨੇ? ਮੈਂ ਹਾਂ ਅਮਿਤ, ਸਭ ਦਾ ਪਾਠਸ਼ਾਲਾ 'ਤੇ ਬਹੁਤ ਬਹੁਤ ਸਵਾਗਤ ਕਰਦਾ। ਸੋ ਅੱਜ ਹੈਗੇ ਆ 2 ਜੁਲਾਈ ਦੇ ਇੰਪੋਰਟੈਂਟ ਕਰੰਟ ਅਫੇਅਰਸ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਾਂਗੇ। ਅੱਜ ਆਪਾਂ ਡਿਸਕਸ ਕਰਾਂਗੇ ਕਿ ਇੰਡੀਅਨ ਆਰਮੀ ਦੇ ਜਿਹੜੇ ਚੀਫ ਨੇ ਉਹ ਚੇਂਜ ਹੋਏ ਨੇ, ਉਹਨਾਂ ਬਾਰੇ ਡਿਸਕਸ ਕਰਾਂਗੇ ਐਂਡ ਬਹੁਤ ਸਾਰੀ ਇੰਪੋਰਟੈਂਟ ਗੱਲਬਾਤ ਕਰਾਂਗੇ। ਅੱਜ ਨੈਸ਼ਨਲ ਡੇ ਜਿਹੜਾ ਆਪਣਾ ਡਾਕਟਰਸ ਡੇ ਹੁੰਦਾ ਉਹਦੇ ਬਾਰੇ ਵੀ ਗੱਲ ਕਰਾਂਗੇ, ਜੋ 1 ਤਰੀਕ ਨੂੰ 1 ਜੁਲਾਈ ਨੂੰ ਹੁੰਦਾ। ਤਾਂ ਬਹੁਤ ਸਾਰੇ ਕੁਐਸਚਨਸ, ਬਹੁਤ ਸਾਰੇ MCQs ਤੁਹਾਡੇ ਸਾਰਿਆਂ ਵਾਸਤੇ, ਅਤੇ ਲਾਸਟ ਦੇ ਉੱਤੇ ਕੁਐਸਚਨ ਆਫ ਦਾ ਡੇ ਵੀ ਹੋਣ ਵਾਲਾ। ਤਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਡਿਸਕਸ਼ਨ ਆਫ ਦਾ ਲਾਸਟ ਡੇ ਕੁਐਸਚਨ। ਸੋ ਲਾਸਟ ਡੇ ਜਿਹੜਾ ਆਪਾਂ ਰੀਸੈਂਟਲੀ ਕੁਐਸਚਨ ਪੁੱਛਿਆ ਸੀ ਉਹ ਸੀਗਾ ਜੀ ਪਲੀਕਰਨਾਈ ਜਿਹੜਾ ਮਾਰਸ਼ਲੈਂਡ ਹੈ ਉਹਦੀ ਗੱਲਬਾਤ ਹੋਈ ਸੀ, ਅਤੇ ਉਹ ਕਿਹੜੀ ਸਟੇਟ ਦੇ ਵਿੱਚ ਹੈ ਆਪਾਂ ਇਹ ਪੁੱਛਿਆ ਸੀਗਾ। ਤਾਂ ਕਾਫੀ ਬੱਚਿਆਂ ਨੇ ਆਨਸਰਸ ਵੀ ਦਿੱਤੇ ਨੇ। ਸੋ ਤਮਿਲਨਾਡੂ ਇਜ਼ ਦਾ ਰਾਈਟ ਆਨਸਰ। ਤਮਿਲਨਾਡੂ ਦੀ ਗੌਰਮੈਂਟ ਇਸ ਜਗ੍ਹਾ ਦੇ ਉੱਤੇ ਪਲਾਨ ਕਰ ਰਹੀ ਹੈ ਇੱਕ ਬ੍ਰਿਜ ਬਣਾਉਣ ਵਾਸਤੇ, ਇਸ ਮਾਰਸ਼ਲੈਂਡ ਨੂੰ ਬਚਾਉਣ ਵਾਸਤੇ, ਪ੍ਰੋਟੈਕਟ ਕਰਨ ਵਾਸਤੇ, ਠੀਕ ਹੈ। ਇਹ ਇੱਕ ਫਰੈਸ਼ ਵਾਟਰ ਅਤੇ ਸਲਾਈਨ ਵਾਟਲੈਂਡ ਹੈ ਜੋ ਕਿ 20 ਕਿਲੋਮੀਟਰ ਸਾਊਥ ਆਫ ਚੇਨਈ ਹੈ। ਸੋ ਚੇਨਈ ਦੇ ਕੋਲ ਹੈ। ਕੁਛ ਨਿਊਜ਼ ਇੱਦਾਂ ਜੋਗ੍ਰਾਫੀ ਦੇ ਵਿੱਚੋਂ ਬਣ ਕੇ ਆ ਜਾਂਦੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੁੰਦਾ। ਤਾਂ ਇਹ ਸੀਗਾ ਇਸਦਾ ਆਨਸਰ। ਅੱਗੇ ਗੱਲ ਕਰਦੇ ਹਾਂ ਬੈਸਟ ਆਨਸਰ ਦੇ ਵਿੱਚ। ਅੰਮ੍ਰਿਤ ਐਂਡ ਜਸ਼ਨ, ਦੋ ਬੱਚਿਆਂ ਨੇ ਆਨਸਰ ਦਿੱਤੇ ਨੇ, ਤੇ ਵੈਰੀ ਗੁੱਡ। ਕੁਛ ਬੱਚੇ ਪੰਜਾਬ ਪੁਲਿਸ ਦੇ ਐਗਜ਼ਾਮਸ ਕਰਕੇ ਥੋੜ੍ਹਾ ਜਿਹਾ ਘੱਟ ਰਹੇ ਨੇ ਕਰੰਟ ਅਫੇਅਰ ਨੂੰ ਦੇਖਣ ਲਈ, ਲੇਕਿਨ ਕੋਈ ਗੱਲ ਨਹੀਂ, ਅੱਗੇ ਵੀ ਕੰਟੀਨਿਊ ਕਰਨੇ ਆ ਤੁਸੀਂ, ਕਿਉਂਕਿ SSC MTS ਦਾ ਐਗਜ਼ਾਮ ਆ ਜਿਹੜਾ ਉਹ ਭਰਨ 'ਤੇ ਹੋ ਰਿਹਾ ਜੀ, ਅਤੇ ਇੱਕ CHSL ਦਾ ਐਗਜ਼ਾਮ ਆ ਬਹੁਤ ਜਲਦੀ ਆ ਰਿਹਾ, ਅਤੇ ਜਿਹਦੇ ਵਿੱਚ SSC ਰਿਲੇਟਡ ਜਿਹੜੇ ਕੁਐਸਚਨਸ ਨੇ ਉਹਨਾਂ ਵਿੱਚ ਕਰੰਟ ਅਫੇਅਰਸ ਨੇ ਜਿਹੜੇ ਕੋਈ ਨਾ ਹੋਣ, ਇਹ ਕਦੀ ਨਹੀਂ ਹੋ ਸਕਦਾ, ਤਾਂ ਇੰਪੋਰਟੈਂਟ ਹੋਣਗੇ ਇਹ ਪੁਆਇੰਟਸ, ਠੀਕ ਹੈ ਜੀ। ਅੱਗੇ ਗੱਲ ਕਰਦੇ ਨੈਸ਼ਨਲ ਡਾਕਟਰਸ ਡੇ। ਸੋ ਸਭ ਤੋਂ ਪਹਿਲੀ ਨਿਊਜ਼ ਆਪਣੀ ਹੈਗੀ ਨੈਸ਼ਨਲ ਡਾਕਟਰਸ ਡੇ, ਜੋ ਕਿ 1 ਜੁਲਾਈ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ। ਸੋ ਸਾਰੇ ਡਾਕਟਰਸ ਜਿੰਨੇ ਵੀ ਆਪਣੇ ਇੰਡੀਆ ਦੇ ਵਿੱਚ ਹੈਗੇ ਨੇ, ਸਭ ਨੂੰ ਆਪਾਂ ਇਸ ਸੁਸਾਇਟੀ ਦੇ ਵਿੱਚ ਬੜੀ ਕੰਟਰੀਬਿਊਸ਼ਨ ਆ ਉਹਨਾਂ ਦੀ, ਤਾਂ ਉਹਨਾਂ ਵਾਸਤੇ ਇੱਕ ਮਹੱਤਤਾ ਆਪਾਂ ਉਹਨੂੰ ਦਿੰਦੇ ਹਾਂ। ਸੋ 1 ਤਰੀਕ ਨੂੰ 2024 ਦਾ ਜਿਹੜਾ ਇਹ ਦਿਵਸ ਹੈ ਇਹ ਮਨਾਇਆ ਜਾਂਦਾ। ਸੋ 1 ਜੁਲਾਈ ਨੂੰ, ਇਸ ਵਾਰੀ ਇਸ ਮੰਡੇ ਨੂੰ ਆਇਆ। ਸੋ ਬਾਇਦਨ ਚੰਦਰਨ ਜਿਹੜਾ ਹੈ ਉਹ ਕੀ ਨੇ, ਉਹਨਾਂ ਦੀ ਡੈਥ ਐਨਵਰਸਰੀ ਲਗਾ ਲਓ ਅਤੇ ਬਰਥ ਐਨਵਰਸਰੀ ਲਗਾ ਲਓ, ਇਹ ਦੋਨਾਂ ਨੂੰ ਆਪਾਂ ਕੋਮੈਮੋਰੇਟ ਕਰਨ ਵਾਸਤੇ ਇਹ ਦਿਨ ਆਪਾਂ ਸੈਲੀਬ੍ਰੇਟ ਕਰਦੇ ਹਾਂ, ਜੋ ਕਿ ਫਿਜ਼ੀਸ਼ੀਅਨ ਸੀਗੇ, ਡਾਕਟਰ ਸੀਗੇ, ਅਤੇ ਚੀਫ ਮਿਨਿਸਟਰ ਵੀ ਰਹਿ ਚੁੱਕੇ ਨੇ ਵੈਸਟ ਬੰਗਾਲ ਦੇ, ਦੂਜੇ ਨੰਬਰ ਦੇ। ਤਾਂ ਉਹਨਾਂ ਨੇ ਬੜੀ ਕੰਟਰੀਬਿਊਸ਼ਨ ਦਿੱਤੀ ਹੈ ਡਾਕਟਰਸ ਨੂੰ, ਤਾਂ ਡਾਕਟਰਸ ਦੇ ਲਈ ਉਹਨਾਂ ਨੇ ਕੰਮ ਬਹੁਤ ਸਾਰੇ ਕੀਤੇ ਨੇ ਪੇਸ਼ੈਂਟਸ ਲਈ, ਤਾਂ ਕਰਕੇ ਗੌਰਮੈਂਟ ਆਫ ਇੰਡੀਆ ਨੇ ਆਫਿਸ਼ੀਅਲੀ ਇਹ 1991 ਦੇ ਵਿੱਚ ਰੋਕੀ ਰਿਕੋਗਨਾਈਜ਼ ਕਰ ਦਿੱਤਾ ਸੀ ਕਿ ਇਹ ਦਿਨ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਮਨਾਇਆ ਕਰਾਂਗੇ। ਸੋ 2024 ਦਾ ਦਿਵਸ ਹੈ ਜਿਹੜਾ ਨੈਸ਼ਨਲ ਡਾਕਟਰਸ ਡੇ, 1 ਜੁਲਾਈ ਨੂੰ ਸੈਲੀਬ੍ਰੇਟ ਹੋਇਆ। ਬਾਇਦਨ ਚੰਦਰ BC ਰਾਏ ਜੀ ਦਾ ਨਾਮ ਤੁਸੀਂ ਯਾਦ ਰੱਖਣਾ। ਅੱਗੇ ਗੱਲ ਹੈ, ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਵਰਲਡ ਕੱਪ T20 ਉਹ ਆਪਣੇ ਇੰਡੀਆ ਦੇ ਕੋਲ ਆ ਚੁੱਕਾ ਹੈ। ਕਾਫੀ ਮਿਹਨਤ ਤੋਂ ਬਾਅਦ, ਕਾਫੀ ਐਂਡ 'ਤੇ ਵੀ ਆ ਕੇ ਮੈਚ ਬੜਾ ਫਸਿਆ ਹੋਇਆ ਲੱਗ ਰਿਹਾ ਸੀ, ਲੇਕਿਨ ਕਾਫੀ ਸਾਰਿਆਂ ਨੇ ਵੀ ਦੇਖਿਆ ਵੀ ਹੋਣਾ, ਬੜਾ ਹੀ ਇੰਟਰਸਟਿੰਗ ਮੈਚ ਸੀਗਾ ਲਾਸਟ ਦੇ ਉੱਤੇ। ਲੇਕਿਨ T20 ਦੀ ਗੱਲ ਕਰਦੇ ਹਾਂ ਤਾਂ ਇੱਕ ਐਰਾ ਦਾ ਵੀ ਸਮਾਪਤੀ ਹੋ ਚੁੱਕੀ ਹੈ। ਇਹ ਫੋਟੋ ਕਾਫੀ ਬੱਚਿਆਂ ਨੇ ਸਟੇਟਸ 'ਤੇ ਲਗਾਈ ਸੀਗੀ ਕਿ ਐਂਡ ਹੋ ਗਿਆ ਜੀ ਐਰਾ ਦਾ, ਕਿਉਂਕਿ T20 ਦੇ ਵਿੱਚੋਂ ਹੁਣ ਇਹਨਾਂ ਬੰਦਿਆਂ ਨੇ ਸੰਨਿਆਸ ਲੈ ਲਿਆ। ਚਾਹੇ ਉਹ ਜਡੇਜਾ ਜੀ ਦੀ ਗੱਲ ਕਰਦੇ ਹਾਂ, ਰੋਹਿਤ ਸ਼ਰਮਾ ਜੀ ਦੀ ਗੱਲ ਕਰਦੇ ਹਾਂ, ਜਾਂ ਵਿਰਾਟ ਕੋਹਲੀ ਜੀ ਦੀ ਗੱਲ ਕਰਦੇ ਹਾਂ, ਤਾਂ ਇਹਨਾਂ ਨੇ ਉਸ T20 ਵਰਲਡ ਕੱਪ ਤੋਂ ਸੰਨਿਆਸ ਲੈ ਲਿਆ ਜੀ, ਠੀਕ ਹੈ। ਸੋ ਇੰਡੀਆ ਨੇ ਬਰੋਕ ਕੀਤਾ ਜੀ 13 ਸਾਲ ਦਾ ਵਰਲਡ ਕੱਪ, ਜਿਹੜਾ ਇੱਕ ਤਰੀਕੇ ਨਾਲ ਕਹਿ ਲਓ ਵੀ ਸੋਕਾ ਪਿਆ ਹੋਇਆ ਸੀਗਾ ਵਰਲਡ ਕੱਪ ਲੈਣ 'ਚ, 13 ਸਾਲ ਹੋ ਚੁੱਕੇ ਸੀ। ਸੋ 2024 ਦੇ ਵਿੱਚ ਇਹ ਕਰਕੇ ਦਿਖਾਇਆ ਜੀ ਵਰਲਡ ਕੱਪ ਦੇ ਵਿੱਚ ਇੰਡੀਆ ਨੇ। ਇੰਡੀਆ ਦੀ ਟੀਮ ਲਈ ਸ਼ਾਬਾਸ਼ ਤਾਂ ਬਣਦੀ ਹੈ, ਉਹਨਾਂ ਨੂੰ ਕੰਗਰੈਚੁਲੇਸ਼ਨ ਕਰਨਾ ਵੀ ਬਣਦਾ, ਹਰ ਇੱਕ ਆਪਣਾ ਫਰਜ਼ ਬਣਦਾ। ਸੋ ਕੋਹਲੀ ਨੇ ਜੀ, ਆਪਾਂ ਜੇ ਕੋਹਲੀ ਸਾਹਿਬ ਦੀ ਗੱਲ ਕਰਦੇ ਹਾਂ, T20 ਦੇ ਵਿੱਚ 4,488 ਸਕੋਰ ਨੇ ਜਿਹੜੇ ਬਹੁਤ ਫਾਸਟ, 125 ਮੈਚਾਂ ਦੇ ਵਿੱਚ ਬਣਾਏ ਨੇ। ਰੋਹਿਤ ਸ਼ਰਮਾ ਜੀ ਨੇ 159 ਮੈਚਾਂ ਦੇ ਵਿੱਚ 4,231 ਰਿਕਾਰਡਸ ਜਿਹੜੇ ਰਨਸ ਨੇ ਉਹ ਬਣਾਏ ਨੇ ਆਪਣੇ ਕਰੀਅਰ ਦੇ ਵਿੱਚ। ਅਤੇ ਜਡੇਜਾ ਨੇ ਜੇ ਆਪਾਂ ਗੱਲ ਕਰਦੇ ਹਾਂ 22 ਵਿਕਟਸ
130 ਰਨ ਦਿੱਤੇ ਨੇ ਸਕੋਰ ਕੀਤੇ ਨੇ ਅਤੇ 6 T20 ਵਰਲਡ ਕੱਪ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਇਹ ਯੋਗਦਾਨ ਸੀਗਾ। ਤਾਂ ਇੰਪੋਰਟੈਂਟ ਹੈ, ਕਾਫੀ ਵਧੀਆ ਖਿਡਾਰੀ ਰਹੇ ਨੇ ਜਿਹੜੇ ਕਿ ਸੰਨਿਆਸ ਲੈ ਰਹੇ ਨੇ, ਇਹ ਨਿਊਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਅੱਗੇ ਕੀ ਗੱਲ ਕਾ ਜੀ, ਰਿਟਾਇਰਡ ਹੋਰ ਵੀ ਪਰਸਨ ਹੋਣਗੇ ਜਿਵੇਂ ਕਿ ਆਰਮੀ ਚੀਫ ਜਨਰਲ ਮਨੋਜ ਪਾਂਡੇ ਜੀ ਦਾ ਨਾਮ ਸਭ ਨੂੰ ਪਤਾ ਹੀ ਹੈ, ਅਤੇ ਮਨੋਜ ਪਾਂਡੇ ਜੀ ਹੁਣ ਰਿਟਾਇਰਡ ਹੋਣ ਵਾਲੇ ਨੇ, ਉਹਨਾਂ ਨੂੰ ਗਾਰਡ ਆਫ ਓਨਰ ਹੈ ਜਿਹੜਾ ਉਹ ਦਿੱਤਾ ਗਿਆ। ਅਤੇ ਗੱਲ ਕਰਦੇ ਉਹਨਾਂ ਬਾਰੇ, ਸੋ ਮਨੋਜ ਪਾਂਡੇ ਜੀ ਜਿਨ੍ਹਾਂ ਨੇ 4 ਡਿਕੇਡਸ ਦੇ ਵਿੱਚ ਸਰਵਿਸ ਨਿਭਾਈ ਹੈ ਆਪਣੀ, ਸੈਰਮੀਨਲ ਗਾਰਡ ਆਫ ਓਨਰ ਜਿਹੜਾ ਹੈ ਉਹ ਟ੍ਰਿਬਿਊਟ ਕੀਤਾ ਗਿਆ ਨੈਸ਼ਨਲ ਵਾਰ ਮੈਮੋਰੀਅਲ ਦਿੱਲੀ ਦੇ ਵਿੱਚ। ਹੀ ਵਾਜ਼ ਕਮਿਸ਼ਨ ਇਨ ਟੂ ਦਾ ਕੋਰਪਸ ਆਫ ਇੰਜੀਨੀਅਰਿੰਗ ਬੋਂਬੇ ਸੈਪਰਸ, 1982 ਦੇ ਵਿੱਚ ਉਹਨਾਂ ਨੂੰ ਕਮਿਸ਼ਨ ਕੀਤਾ ਗਿਆ ਸੀਗਾ। ਹੀ ਇਜ਼ ਅ ਰੈਸੀਪੈਂਟ ਆਫ, ਉਹਨਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਅਵਾਰਡ, ਅਤਿ ਵਿਸ਼ਿਸ਼ਟ ਸੇਵਾ ਮੈਡਲ ਜਾਂ ਵਿਸ਼ਿਸ਼ਟ ਸੇਵਾ ਮੈਡਲ ਜਿਹੜੇ ਨੇ ਉਹ 3 ਤਰੀਕੇ ਦੇ ਮੈਡਲਸ ਵੀ ਮਿਲੇ ਹੋਏ ਨੇ, ਇਹ ਵੀ ਤੁਸੀਂ ਯਾਦ ਰੱਖਣਾ। ਔਰ ਇਸ ਤੋਂ ਬਾਅਦ ਹੁਣ ਕੋਈ ਨਾ ਕੋਈ ਤਾਂ ਆਊਗਾ ਨਾ ਰਿਟਾਇਰਮੈਂਟ ਤੋਂ ਬਾਅਦ, ਸੋ ਉਪੇਂਦਰ ਦਿਵੇਦੀ ਜਿਹੜੇ ਨੇ ਉਹ ਇਹਨਾਂ ਨੂੰ ਰਿਪਲੇਸ ਕਰਨ ਵਾਲੇ ਨੇ, ਇਹ ਵੀ ਨਿਊਜ਼ ਆਪਾਂ ਡਿਟੇਲ 'ਚ ਸਮਝਾਵਾਂਗੇ। ਲੇਕਿਨ ਹਾਲੇ ਤੱਕ ਆਪਾਂ ਪਹਿਲਾਂ ਰਿਟਾਇਰਮੈਂਟ ਦੀ ਜਿਹੜੀ ਹੈ ਉਹ ਗੱਲ ਕੀਤੀ ਹੈ, ਇੰਪੋਰਟੈਂਟ ਸੀਗੀ ਇਹ ਨਿਊਜ਼, ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਗੇ ਗੱਲ ਕਰਦੇ ਹਾਂ IAS ਅਫਸਰ ਸਾਹਿਬ ਜਿਹੜੇ ਕਿ ਮਨੋਜ ਕੁਮਾਰ ਸਿੰਘ ਜੀ ਨੇ, ਜੋ ਕਿ UP ਦੇ ਚੀਫ ਸੈਕਟਰੀ ਬਣ ਚੁੱਕੇ ਨੇ। ਸੋ ਚੀਫ ਸੈਕਟਰੀ ਅੰਗਰੇਜ਼ਾਂ ਟਾਈਮ ਤੋਂ ਇੱਕ ਪੋਸਟ ਚੱਲਦੀ ਆ ਰਹੀ ਹੈ, ਸੋ ਉਸ ਪੋਸਟ ਨੂੰ ਜਿਹੜੇ ਨੇ ਸੀਨੀਅਰ ਜਿਹੜੇ ਬਿਊਰੋਕਰੈਟਸ ਹੁੰਦੇ ਨੇ ਉਹ ਕਰਦੇ ਨੇ। ਸੋ IAS ਜਿਹੜੇ ਨੇ ਉਹ ਬਿਊਰੋਕਰੈਟਸ ਦੇ ਹੀ ਸਭ ਤੋਂ ਉੱਚੀ ਪੋਸਟ ਹੈ। ਸੋ IAS ਮਨੋਜ ਕੁਮਾਰ ਸਿੰਘ ਜੀ ਟੇਕ ਓਵਰ ਕਰਨਗੇ UP ਚੀਫ ਦੇ ਸੈਕਟਰੀ ਵੱਲੋਂ। ਸੀਨੀਅਰ IAS ਮਨੋਜ ਕੁਮਾਰ ਸਿੰਘ ਟੇਕ ਓਵਰ ਐਜ਼ ਆ UP ਚੀਫ ਸੈਕਟਰੀ। ਸੋ ਚੀਫ ਸੈਕਟਰੀ ਦੇ ਮਤਲਬ ਕੀ ਹੈ ਕਿ ਟੀਮ ਯੋਗੀ ਦਾ ਉਹ ਪਾਰਟ ਬਣ ਰਹੇ ਨੇ, ਅਤੇ ਉਹਨਾਂ ਨੇ ਪਹਿਲਾਂ ਵੀ ਸੇਵਾ ਨਿਭਾਈ ਹੈ, ਅਤੇ ਇਹਦੇ ਵਿੱਚ ਜੇ ਆਪਾਂ ਗੱਲ ਕਰਦੇ ਉਹਨਾਂ ਦੀਆਂ ਡਿਫਰੈਂਟ ਡਿਫਰੈਂਟ ਪੋਜੀਸ਼ਨ ਦੀਆਂ, ਉਹਨਾਂ ਕੰਮ ਕੀਤੇ ਨੇ ਐਗਰੀਕਲਚਰ ਪ੍ਰੋਡਕਸ਼ਨ ਕਮਿਸ਼ਨਰ ਦੇ ਵਿੱਚ, COVID-19 ਟਾਈਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ, ਅਤੇ ਇਸ ਤੋਂ ਇਲਾਵਾ ਜੇ ਕੁੰਭ ਮੇਲਾ ਜੋ ਕਿ 2019 ਦੇ ਵਿੱਚ ਸੀਗਾ ਉਹਦੇ ਵਿੱਚ ਵੀ ਸਫਲ ਸੰਗਠਨ ਹੈ ਜਿਹੜਾ, ਉਹਨਾਂ ਨੇ ਵਿੱਚ ਉਹਦੇ ਭੂਮਿਕਾ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਹੈ। ਠੀਕ ਹੈ, ਸੋ ਇੰਪੋਰਟੈਂਟ ਹੈ IAS ਮਨੋਜ ਕੁਮਾਰ ਸਿੰਘ ਜੀ, ਬਹੁਤ ਇੰਪੋਰਟੈਂਟ ਨੇ, ਇਹ ਜਿਹੀਆਂ ਨਿਊਜ਼ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਬੇਟਾ ਜੀ, ਬਾਅਦ 'ਚੋਂ ਕਵਰ ਕਰ ਲਿਆ ਕਰੋ ਉਹਨੂੰ। ਸੈਂਟਰਲ ਰੇਲਵੇ ਇੰਸਟਾਲ ਫਲੋਟਿੰਗ ਸੋਲਰ ਪਲਾਂਟ। ਸੋ ਸੈਂਟਰਲ ਰੇਲਵੇ ਨੇ ਫਲੋਟਿੰਗ ਸੋਲਰ ਪਲਾਂਟ ਹੈ ਜਿਹੜਾ ਉਹ ਨਵਾਂ ਇੱਕ ਪਲਾਂਟ ਲਗਾਇਆ, ਪਹਿਲੀ ਵਾਰੀ ਇਹ ਕਰਨ ਜਾ ਰਹੀ ਹੈ ਸੈਂਟਰਲ ਰੇਲਵੇ। ਸੋ ਇੰਡੀਅਨ ਰੇਲਵੇ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ, ਫਸਟ ਆਫ ਇਟਸ ਕਾਇੰਡ ਇਨੀਸ਼ੀਏਟਿਵ ਬਾਏ ਦਾ ਇੰਡੀਅਨ ਰੇਲਵੇਜ਼, ਜਿਹਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਇੱਕ ਗੱਤਾਪੁਰੀ ਲੇਕ ਹੈ ਜੋ ਵੈਸਟਰਨ ਘਾਟ ਦੇ ਵਿੱਚ, ਉੱਥੇ ਇੰਨੀ ਕਪੈਸਿਟੀ ਦੇ ਰਾਹ ਮਤਲਬ ਕਿ 10 MW ਦੀ ਕੈਪੈਸਿਟੀ ਦੇ ਨਾਲ ਫਲੋਟਿੰਗ ਸੋਲਰ ਪਲਾਂਟ ਜਿਹੜਾ ਫਲੋਟ ਕਰ ਰਿਹਾ ਸੋਲਰ ਪਲਾਂਟ ਇਹ ਲਗਾਇਆ ਜਾ ਰਿਹਾ, ਅਤੇ ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਰੇਲਵੇ 'ਚ ਆਉਂਦੀ ਹੈ ਕਿ 2030 ਤੱਕ ਉਹ 0 ਕਾਰਬਨ ਐਮਿਸ਼ਨ ਕਰ ਦੇਵੇ ਸਾਰੇ ਪਾਸੇ ਪੂਰੇ ਇੰਡੀਆ ਦੇ ਵਿੱਚ। ਅਤੇ ਸੈਂਟਰਲ ਰੇਲਵੇ ਹੈਜ਼ ਕਮਿਸ਼ਨ 12.05 MP ਸੋਲਰ ਪਲਾਂਟਸ ਬਾਈ ਯੂਟੀਲਾਈਜ਼ਿੰਗ ਦਾ ਰੂਫ ਟੋਪਸ ਆਫ ਰੇਲਵੇ ਸਟੇਸ਼ਨ ਹੋਣ, ਚਾਹੇ ਉਹ ਬਿਲਡਿੰਗਸ ਹੋਣ ਰੇਲਵੇ ਡਿਪਾਰਟਮੈਂਟ ਦੀਆਂ। ਠੀਕ ਹੈ, ਸੋ ਕਾਫੀ ਇੰਪੋਰਟੈਂਟ ਹੈ, ਕਾਫੀ ਅੱਛੀ ਨਿਊਜ਼ ਵੀ ਹੈ। ਤੁਹਾਨੂੰ ਪਤਾ ਹੈ ਕਿ ਸਾਰੇ ਪਾਸੇ ਪੋਲਿਊਸ਼ਨ ਹੀ ਪੋਲਿਊਸ਼ਨ ਹੋ ਰਿਹਾ, ਹਰ ਬੰਦਾ ਪੋਲਿਊਸ਼ਨ ਕਰਨ ਬਾਰੇ ਸੋਚ ਰਿਹਾ, ਪੋਲਿਊਸ਼ਨ ਨੂੰ ਘੱਟ ਕਰਨ ਬਾਰੇ ਕੋਈ ਨਹੀਂ ਸੋਚਦਾ, ਗੱਲ ਹਰੇਕ ਕਰਦਾ ਲੇਕਿਨ ਕਰਦਾ ਕੋਈ ਕੋਈ ਹੈ। ਸੋ ਇਹਦੇ ਵਿੱਚ ਸੈਂਟਰਲ ਰੇਲਵੇ ਨੇ ਇਹ ਇਨੀਸ਼ੀਏਟਿਵ ਲਿੱਤਾ ਤਾਂ ਬਹੁਤ ਅੱਛੀ ਗੱਲ ਹੈ। ਅੱਗੇ ਗੱਲ ਕਰਦੇ ਹਾਂ ਰਵੀ ਅਗਰਵਾਲ ਜੀ ਨੂੰ। ਸੋ ਰਵੀ ਅਗਰਵਾਲ ਜੀ ਨੂੰ CBDT ਦੇ ਨਵੇਂ ਚੀਫ ਵਜੋਂ ਨਿਯੁਕਤ ਕੀਤਾ ਗਿਆ, ਨਿਤਿਨ ਗੁਪਤਾ ਨੂੰ ਉਹ ਸਕਸੀਡ ਕਰਨਗੇ। ਅਤੇ ਗੱਲ ਕਰਦੇ ਹਾਂ ਰਵੀ ਅਗਰਵਾਲ ਜੀ ਜੋ ਕਿ ਨਿਤਿਨ ਗੁਪਤਾ ਨੂੰ ਸਕਸੀਡ ਕਰਨਗੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ। ਸੋ ਸਾਰਾ ਕੁਛ ਜਿਹੜਾ ਟੈਕਸ ਦੇ ਰਿਲੇਟਡ ਹੁੰਦਾ, ਚਾਹੇ ਆਪਾਂ ਸਬਸਿਡੀ ਭਰਨਾ ਹੋਵੇ ਜਾਂ ਜੋ ਮਰਜ਼ੀ ਕਰਨਾ ਹੋਣਾ, ਸੋ CBDT ਟੈਕਸ ਦੇ ਵਿੱਚ ਆਪਾਂ ਇਨਕਮ ਟੈਕਸ ਲਗਾ ਲਓ ਜਾਂ ਕਾਫੀ ਚੀਜ਼ ਨੂੰ ਆਡਿਟ ਕਰਨਗੇ। ਸੋ ਨਵੇਂ ਉਹ ਚੇਅਰਮੈਨ ਬਣੇ ਨੇ, ਬਹੁਤ ਇੰਪੋਰਟੈਂਟ ਨਿਊਜ਼ ਹੈ ਰਵੀ ਅਗਰਵਾਲ ਅਪੁਆਇੰਟਮੈਂਟ ਦੇ ਵਿੱਚ। ਨਿਤਿਨ ਗੁਪਤਾ ਜੀ ਉਹਨੂੰ ਛੱਡਣ ਜਾ ਰਹੇ ਨੇ ਅਤੇ ਰਵੀ ਅਗਰਵਾਲ ਜੀ ਨੂੰ ਅੱਗੇ ਤੋਂ
ਉਹ ਕਰਨਗੇ। ਠੀਕ ਹੈ, ਸੋ ਨਿਤਿਨ ਗੁਪਤਾ ਜੀ ਦਾ ਜਿਹੜਾ ਟਾਈਮ ਪੀਰੀਅਡ ਸੀ ਉਹ 30 ਜੂਨ ਤੱਕ ਸੀਗਾ ਬੇਟਾ। ਇਨ ਟੂ ਮੀਨ ਤੁਸੀਂ ਇਹਨਾਂ ਨੇ ਹੁਣ ਆਪਣਾ ਅਪੁਆਇੰਟਮੈਂਟ ਜਿਹੜੀ ਸਟਾਰਟ ਕਰ ਚੁੱਕੇ ਨੇ, ਸੋ ਟਿਲ 2025 ਤੱਕ ਇਹ ਰਹਿਣਗੇ ਵਿਦ ਅ ਰੀ ਅਪੁਆਇੰਟਮੈਂਟ ਔਨ ਦਾ ਕੰਟਰੈਕਟ ਬੇਸਿਸ ਟੂ ਇਨਸ਼ੋਰ ਦਾ ਸੀਵਰਿਟੀ ਪੋਲਿਸੀ ਫਰੇਮਵਰਕ। ਤਾਂ ਉਹਦੇ ਵਿੱਚ ਇਹ ਕੰਮ ਕਰਨਗੇ ਪ੍ਰੋਪਰ ਤਰੀਕੇ ਨਾਲ ਜੂਨ 2025 ਤੱਕ, ਅਤੇ ਰੀ ਅਪੁਆਇੰਟਮੈਂਟ ਆ ਜਿਹੜੀ ਉਹ ਹੋਈ ਇਹਨਾਂ ਦੀ ਕੰਟਰੈਕਟ ਬੇਸਿਸ 'ਤੇ। ਠੀਕ ਹੈ, ਰਵੀ ਅਗਰਵਾਲ। ਸੋ ਰਵੀ ਅਗਰਵਾਲ ਤੋਂ ਬਾਅਦ ਆਪਾਂ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਬਾਰੇ ਗੱਲ ਕਰਦੇ ਨੇ। ਫੰਕਸ਼ਨਸ ਕੀ ਹੁੰਦੇ ਨੇ ਇਹਦੇ? ਫੰਕਸ਼ਨ ਹੁੰਦੇ ਨੇ ਕਿ ਡਾਇਰੈਕਟ ਟੈਕਸ ਸੱਚ ਐਜ਼ ਇਨਕਮ ਟੈਕਸ, ਕੋਪਰੇਟ ਟੈਕਸ ਐਂਡ ਵੈਲਥ ਟੈਕਸ ਨੂੰ ਐਡਮਿਨਿਸਟਰ ਕਰਨਾ, ਹੈਲਥ ਹੈਡਡ ਬਾਏ ਚੇਅਰਮੈਨ, ਇਹਨੂੰ ਹੈਡ ਕਰਦੇ ਨੇ ਜਿਹੜੇ ਹੁਣ ਬਣੇ ਨੇ ਸਾਡੇ, ਕਿਆ ਨਾਮ ਹੈ ਤੁਹਾਡਾ, ਰਵੀ ਅਗਰਵਾਲ ਜੀ। ਸੀਬੀਡੀਟੀ ਕੈਨ ਹੈਵ 6 ਮੈਂਬਰਸ ਹੁੰਦੇ ਨੇ ਇਸ ਪਾਰਟ ਟੀਮ ਦੇ ਵਿੱਚ, ਚੇਅਰਡ ਐਂਡ ਮੈਂਬਰਸ ਆਰ ਅਪੁਆਇੰਟਡ ਬਾਏ ਗਵਰਨਮੈਂਟ ਆਫ ਇੰਡੀਆ। ਤਾਂ ਇਹਨਾਂ ਨੂੰ ਅਪੁਆਇੰਟ ਕੌਣ ਕਰਦਾ? ਗਵਰਨਮੈਂਟ ਵਿਦ ਅ ਚੇਅਰਮੈਨ ਟਿਪੀਕਲੀ ਸਰਵਡ ਐਜ਼ ਅ ਫਿਕਸਡ ਟਰਮ। ਤਾਂ ਜਿਹੜੇ ਚੇਅਰਮੈਨ ਹੁੰਦੇ ਨੇ ਉਹਨਾਂ ਦੀ ਟਰਮ ਫਿਕਸਡ ਹੁੰਦੀ ਹੈ, ਅਤੇ ਬਾਕੀ 20 ਮੈਂਬਰ ਅਪੁਆਇੰਟ ਕੀਤੇ ਜਾਂਦੇ ਨੇ ਗਵਰਨਮੈਂਟ ਵੱਲੋਂ। ਠੀਕ ਹੈ, ਇੰਡੀਆ ਦੀ ਨੇਵੀ ਵਿੱਚ ਇੱਕ ਡੀ ਇੰਡਕਟ ਕੀਤਾ ਗਿਆ, ਮੀਨ ਟੂ ਸੇ ਇੱਕ ਇਹ ਵੀ ਰਿਟਾਇਰਮੈਂਟ ਹੋ ਗਈ, UH-3H ਹੈਲੀਕਾਪਟਰ। ਸੋ UH-3H ਹੈਲੀਕਾਪਟਰ ਦਾ ਨਾਮ ਤੁਸੀਂ ਯਾਦ ਰੱਖ ਲਓ, ਕੀ ਹੈ UH-3H? ਇੱਕ ਹੈਲੀਕਾਪਟਰ ਹੈ, ਇੱਦਾਂ ਪੁੱਛਿਆ ਜਾ ਸਕਦਾ ਹੈ। 17 ਸਾਲਾਂ ਬਾਅਦ ਇਹਨੂੰ ਰਿਟਾਇਰ ਕੀਤਾ ਗਿਆ। INS ਦੇਗਾ ਵਿਸ਼ਾਖਾਪਟਨਮ, ਅਤੇ UH-3H ਨੂੰ ਇੰਡਕਟ ਕਦੋਂ ਕੀਤਾ ਗਿਆ ਸੀ? 2009 ਦੇ ਵਿੱਚ, ਅਤੇ 17 ਸਾਲਾਂ ਬਾਅਦ ਇਹਦੇ ਕੰਮ ਵਧੀਆ ਸੀਗੇ, ਸਰਚ ਐਂਡ ਰੈਸਕਿਊ ਦਾ ਚੱਲ ਲਾ ਲਓ, ਚਾਹੇ ਹਿਊਮੈਨਟੇਰੀਅਨ ਅਸਿਸਟੈਂਸ ਲਗਾ ਲਓ। UH-3H ਵਿਲ ਬੀ ਡਿਸਪਲੇਸਡ ਇਨ ਵਿਸ਼ਾਖਾਪਟਨਮ ਐਜ਼ ਅ ਟ੍ਰਿਬਿਊਟ ਟੂ ਇਟਸ ਸਰਵਿਸ ਵਿਦ ਅ ਕਮੈਮੋਰੇਟਿਵ ਪਲੇਕ ਐਂਡ ਹੈਂਡਡ ਟੂ ਦਾ ਸਟੇਟ ਗਵਰਨਮੈਂਟ। ਸੋ ਇਹ ਜਿਹੜਾ ਹੈ ਵਿਸ਼ਾਖਾਪਟਨਮ ਵਿੱਚ ਇਸਦੀ ਸੇਵਾ ਲਈ ਸ਼ਰਧਾਂਜਲੀ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਕਹਿਣ ਦਾ ਮਤਲਬ ਕਿ ਇਹਨੂੰ ਦਿਖਾਇਆ ਜਾਊਗਾ ਪ੍ਰੋਪਰਲੀ, ਇਹਨੂੰ ਟ੍ਰਿਬਿਊਟ ਦਿੱਤਾ ਜਾਊਗਾ ਵੀ ਬਾਈ ਬਹੁਤ ਕੰਮ ਕੀਤਾ ਜੀ ਇਹ ਜਹਾਜ਼ ਨੇ, ਤਾਂ ਬੜਾ ਵਧੀਆ ਸੀਗਾ। ਤਾਂ ਤੁਹਾਨੂੰ ਫੋਟੋ ਵੀ ਦਿਖੀ ਰਹੀ ਹੋਣੀ, ਠੀਕ ਹੈ, ਕਾਫੀ ਜਿਹੜੇ ਨਾਲ ਮੁਲਾਜ਼ਮ ਨੇ ਜਾਂ ਇੰਪਲੋਈਜ਼ ਨੇ ਉਹਨਾਂ ਨੇ ਖਿਚਾ ਰੱਖੀ ਹੈ। ਠੀਕ ਹੈ, ਤਾਂ ਲਾਸਟ ਦੇ ਉੱਤੇ ਆ ਗਏ ਮਲਟੀਪਲ ਚੋਇਸ ਕੁਸ਼ਚਨ। ਸੋ ਮਲਟੀਪਲ ਚੋਇਸ ਕੁਸ਼ਚਨ ਦੇ ਵਿੱਚ ਫਸਟ ਕੁਸ਼ਚਨ ਆ ਗਿਆ ਤੁਹਾਡੇ ਵਾਸਤੇ, ਵਿੱਚ ਸਟੇਟ ਗੌਰਮੈਂਟ ਰੀਸੈਂਟਲੀ ਲਾਂਚ ਮੁੱਖ ਮੰਤਰੀ ਮਾਝੀ ਲੜਕੀ ਬਹਿਨ। ਸੋ ਮੁੱਖ ਮੰਤਰੀ ਮਾਝੀ ਲੜਕੀ ਬਹਿਨ ਦੀ ਸਕੀਮ ਜਿਹੜੀ ਲਾਂਚ ਕਰਨ ਵਾਲੀ ਹੈ ਜਿਹੜੀ ਸਰਕਾਰ, ਉਹ ਹੈਗੀ ਜੀ ਮਹਾਰਾਸ਼ਟਰ। ਸੋ ਮਹਾਰਾਸ਼ਟਰ ਨੇ ਸਕੀਮ ਲਾਂਚ ਕੀਤੀ 2024 ਦੀ, ਔਫਰ ਫਰੀ ਐਜੂਕੇਸ਼ਨ ਫੋਰ ਗਰਲਸ ਐਂਡ ਸਪੋਰਟ ਫੋਰ ਦਾ ਅਨਇੰਪਲੋਇਡ ਵੂਮੈਨ। ਐਲੀਜੀਬਿਲਟੀ ਜਿਹੜੀ ਹੋਊਗੀ ਉਹ 21-60 ਤੱਕ ਦੇ ਵੂਮੈਨ ਜਾਂ ਲੇਡੀਜ਼ ਲਈ ਹੋਊਗੀ। 1500 ਜਿਹੜੀ ਹੈ ਮੰਥਲੀ ਇਹਨਾਂ ਨੂੰ ਇਨਕਮ ਜਾਂ ਕਹਿ ਲਓ ਵੀ ਇੱਕ ਪੈਸੇ ਮਿਲਣਗੇ ਇਹਨਾਂ ਨੂੰ। ਠੀਕ ਹੈ, ਸੋ 46,000 ਕਰੋੜ ਰੁਪਇਆ ਇਹਨਾਂ ਵਾਸਤੇ ਇਸ ਬਜਟ ਵਾਸਤੇ ਸੋਚਿਆ ਗਿਆ, ਅਤੇ ਇਨਹਾਂਸਿੰਗ ਦੇਅਰ ਡਿਵੈਲਪਮੈਂਟ। ਸੋ ਉਹਨਾਂ ਡਿਵੈਲਪਮੈਂਟ ਆ ਜਿਹੜਾ ਇਨਹਾਂਸਮੈਂਟ ਕੀਤਾ ਜਾਊਗਾ, ਅਤੇ ਓਵਰਆਲ ਜਿਹੜਾ ਵੈਲਬੀਂਗ ਦਾ ਵੀ ਧਿਆਨ ਰੱਖਿਆ ਜਾਊਗਾ। ਆਈ ਮੀਨ ਟੂ ਸੇ ਫਰੀ ਐਜੂਕੇਸ਼ਨ ਫੋਰ ਗਰਲਸ ਐਂਡ ਸਪੋਰਟ ਆਫ ਅਨਇੰਪਲੋਇਡ। ਠੀਕ ਹੈ, ਸੋ ਮੁੱਖ ਮੰਤਰੀ ਮਾਝੀ ਲੜਕੀ ਬਹਿਨ ਮਹਾਰਾਸ਼ਟਰ। ਅੱਗੇ ਅੱਗੇ ਰੀਸੈਂਟਲੀ ਹੂ ਹੈਜ਼ ਬੀਨ ਇਲੈਕਟਿਡ ਐਜ਼ ਅ ਨਿਊ ਪ੍ਰੈਜ਼ੀਡੈਂਟ ਆਫ ਯੂਰੋਪੀਅਨ ਕੌਂਸਲ ਆਫ ਯੂਰੋਪੀਅਨ ਯੂਨੀਅਨ। ਸੋ ਯੂਰੋਪੀਅਨ ਕੌਂਸਲ ਦੇ ਯੂਰੋਪੀਅਨ ਯੂਨੀਅਨ ਦੇ ਯੂਰੋਪੀਅਨ ਕੌਂਸਲ ਦਾ ਹੈੱਡ ਹੈ ਜਿਹੜਾ ਉਹ ਕਿਹਨੂੰ ਨਿਯੁਕਤ ਕੀਤਾ ਗਿਆ, ਨਵਾਂ ਪ੍ਰੈਜ਼ੀਡੈਂਟ ਕਿਹਨੂੰ ਨਿਯੁਕਤ ਕੀਤਾ? ਸੋ ਬੀ ਆਪਸ਼ਨ ਐਂਟੋਨੀ ਕੋਸਟਾ। ਸੋ ਐਂਟੋਨੀ ਕੋਸਟਾ ਜੋ ਕਿ ਫਾਰਮਰ ਪ੍ਰਾਈਮ ਮਿਨਿਸਟਰ ਨੇ ਪੁਰਤਗਾਲ ਦੇ, ਅਤੇ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਐਜ਼ ਏ ਪ੍ਰੈਜ਼ੀਡੈਂਟ ਆਫ ਯੂਰੋਪੀਅਨ ਕੌਂਸਲ ਰਿਪਲੇਸਿੰਗ ਦਾ ਚਾਰਲਸ ਮਾਈਕਲ। ਸੋ ਚਾਰਲਸ ਮਾਈਕਲ ਪਹਿਲਾਂ ਸੀਗੇ, ਹੁਣ ਕਿਹਨੂੰ ਬਣਾ ਦਿੱਤਾ ਗਿਆ? ਐਂਟੋਨੀ ਕੋਸਟਾ ਨੂੰ। ਠੀਕ ਹੈ, 1 ਅਕਤੂਬਰ ਤੋਂ ਇਹਨਾਂ ਦਾ ਜਿਹੜਾ ਹੈ ਇਫੈਕਟਿਵ ਕੰਸੈਪਟ ਹੈ ਜਿਹੜਾ ਸਟਾਰਟ ਹੋ ਚੁੱਕਾ ਹੈ, ਇਹ ਪੋਸਟ ਸਟਾਰਟ ਹੋ ਜੂਗੀ। ਇਸਤੋਨੀਆ ਪ੍ਰਾਈਮ ਮਿਨਿਸਟਰ ਨੇ ਜਿਹੜੇ ਕਾਜਾ ਕਾਲਾਸ, ਉਹਨਾਂ ਨੂੰ ਨਿਊ ਹਾਈ ਰਿਪ੍ਰੈਜੈਂਟੇਟਿਵ ਫੋਰ ਫੋਰਨ ਅਫੇਅਰਸ ਜਾਂ ਸੈਕਰਟਰੀ ਕੌਂਸਲ ਵਾਸਤੇ ਨਿਯੁਕਤ ਕੀਤਾ ਗਿਆ ਜਾਂ ਚੂਜ਼ ਕੀਤਾ ਗਿਆ। ਠੀਕ ਹੈ, ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਯੂਰੋਪੀਅਨ ਕੌਂਸਲ ਐਕਟ ਇਲੈਕਟ ਦਾ ਪ੍ਰੈਜ਼ੀਡੈਂਟ ਬਾਏ ਸੈਕਟਰ, ਜਿਹੜੀ ਇਹਦੀ ਟਰਮ ਕਿੰਨੀ ਹੁੰਦੀ ਹੈ? 2.5 ਸਾਲ ਦੀ, ਮਤਲਬ 2.5 ਸਾਲ ਵਾਸਤੇ ਇਹ ਕੰਮ ਕਰਨਗੇ ਰਿਨਿਊਏਬਲ ਵਾਂਸ। ਠੀਕ ਹੈ, ਸੋ ਇਸ ਚੀਜ਼ ਦਾ ਤੁਸੀਂ ਧਿਆਨ ਦੇਣਾ, ਇਹ ਬਹੁਤ ਇੰਪੋਰਟੈਂਟ ਹੁੰਦੇ ਨੇ ਕੁਸ਼ਚਨ, ਪਤਾ ਨਹੀਂ ਲੱਗਦਾ ਕੁਸ਼ਚਨ ਜਦੋਂ ਆਉਂਦੇ ਨੇ ਨਾ ਲੱਗਦਾ ਵੀ ਕਿੱਥੇ, ਪਤਾ ਨਹੀਂ ਕਿੱਥੇ ਸੁਣੇ ਹੋਏ ਨੇ, ਤਾਂ ਕਿਤੇ ਨਾ ਕਿਤੇ ਜਦੋਂ ਸੁਣੇ ਹੁੰਦੇ ਨੇ ਤਾਂ ਆਨਸਰ ਤੁਸੀਂ ਲਗਾ ਸਕਦੇ ਹੋ, 1-2 ਨੰਬਰ ਤੁਹਾਡੇ ਡਾਇਰੈਕਟ ਆ ਸਕਦੇ ਨੇ। ਸੋ ਨਿਊਮੋ ਸੋਸ਼ਲ
ਨਿਊਮੋਜੋਸ਼ਲ ਜਿਹੜਾ ਆ ਉਹ ਖੇਤਰ ਹੈ, ਉਹ ਹੁਣੇ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ ਫਲੈਸ਼ ਫਲੱਡਸ ਬਾਰੇ। ਸੋ ਫਲੱਡਸ ਕਿੱਥੇ ਆ ਰਹੇ ਨੇ, ਉਸ ਰੀਜਨ ਬਾਰੇ ਚਰਚਾ ਕਰਨੀ ਹੈ, ਤੁਸੀਂ ਦੱਸਣਾ ਤਾਂ ਕਿਹੜੀ ਸਟੇਟ ਜਾਂ ਯੂਟੀ ਹੈ ਜਿੱਥੇ ਇਹ ਰੀਜਨ ਹੈ ਲੋਕੇਟ ਕਰਦਾ, ਤਾਂ ਤੁਸੀਂ ਇਹਦਾ ਆਨਸਰ ਆਪਣਾ ਕਮੈਂਟ ਸੈਕਸ਼ਨ ਜ਼ਰੂਰ ਦੇਣਾ। ਉਮੀਦ ਕਰਦਾ ਸਾਰਿਆਂ ਨੂੰ ਅੱਜ ਦੀ ਕਲਾਸ ਪਸੰਦ ਆਈ ਹੈ, ਵਧੀਆ ਲੱਗੀ ਹੈ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਦਿਓ। ਸਾਡੇ ਨਾਲ ਜੁੜਨ ਵਾਸਤੇ ਤੁਸੀਂ ਲਾਈਵ ਸੈਸ਼ਨ 7 ਵਜੇ ਡੇਲੀ ਮੰਡੇ ਟੂ ਸੰਡੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਕਿਉਂਕਿ ਅਸੀਂ ਪੰਜਾਬ ਪੁਲਿਸ ਕਾਂਸਟੇਬਲ ਲਈ ਜਿਹੜੀ ਹੈ ਸੀਰੀਜ਼ ਹੈ ਉਹ ਸਟਾਰਟ ਕਰ ਰੱਖੀ। ਸੋ ਉਮੀਦ ਕਰਦਾ ਸਾਰਿਆਂ ਨੂੰ ਅੱਜ ਦੀ ਵੀਡੀਓ ਪਸੰਦ ਆਈ ਹੈ, ਅਗਰ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਨਾਲ ਜੋ ਕੁਸ਼ਚਨ ਪੁੱਛਿਆ ਉਹਦਾ ਆਨਸਰ ਜ਼ਰੂਰ ਦੇ ਦਿਓ। ਸੋ ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਫੋਰ ਵਾਚਿੰਗ, ਥੈਂਕ ਯੂ ਵੈਰੀ ਮੱਚ।